ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਲੋਕ ਢੋਲ ਦੇ ਉੱਤੇ ਨੱਚਦੇ ਟੱਪਦੇ ਹੋਏ ਨਜ਼ਰ ਆ ਰਹੇ ਨੇ। ਜੀ ਹਾਂ, ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸੀਐਮ ਮਾਨ ਦਾ ਪੰਜਾਬ ਸਰਕਾਰ ਦਾ ਇਹ ਵਰਜ਼ਨ ਸਾਹਮਣੇ ਆਇਆ ਸੀ ਕਿ ਜੋ ਵੀ ਪਿੰਡ ਆਪਣਾ ਸਰਪੰਚ ਸਰਬਸੰਮਤੀ ਦੇ ਨਾਲ ਚੁਣ ਲੈਂਦਾ ਪੰਚਾਇਤੀ ਚੋਣਾਂ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਨਾਮੀ ਰਾਸ਼ੀ ਮਿਲੇਗੀ। ਜੀ ਹਾਂ, 5 ਲੱਖ ਰੁਪਏ ਦਾ ਇਨਾਮ ਜੋ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ। ਅਤੇ ਹੁਣ ਪਹਿਲਾਂ ਬੀਤੇ ਦਿਨ ਇਹ ਖਬਰ ਸਾਹਮਣੇ ਆਈ ਸੀ ਕਿ ਪੰਜਾਬ ਦੇ ਸਮਰਾਲਾ ਦੇ ਪਿੰਡ ਟੱਪਰੀਆਂ ਦੇ ਵਿੱਚ ਸਰਬਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਆਪਣੇ ਪੰਚਾਇਤ ਆਪਣੇ ਸਰਪੰਚ ਨੂੰ ਚੁਣ ਲਿਆ ਹੈ। ਉੱਥੇ ਹੀ ਹੁਣ ਆਹ ਦੂਜਾ ਪਿੰਡ ਜੋ ਹੈ ਬਣ ਗਿਆ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਹੈ ਜਿੱਥੇ ਕਿ ਲੋਕਾਂ ਵੱਲੋਂ ਸਰਬਸੰਮਤੀ ਦੇ ਨਾਲ ਆਪਣੇ ਸਰਪੰਚ ਨੂੰ ਚੁਣ ਲਿਆ ਗਿਆ। ਦੱਸਿਆ ਜਾ ਰਿਹਾ ਕਿ ਜਿਹੜਾ ਪਹਿਲਾਂ ਸਰਪੰਚ ਸੀ ਉਸਤੇ ਹੀ ਭਰਾ ਨੂੰ ਹੁਣ ਸਰਪੰਚੀ ਦਿੱਤੀ ਗਈ ਹੈ। ਉੱਥੇ ਹੀ ਜਿੱਥੇ ਇਹ ਜੋ ਪਿੰਡ ਹੈ ਇੱਥੇ ਚੋਣ ਜ਼ਾਬਤਾ ਨਹੀਂ ਲੱਗੇਗਾ। ਜਿਹੜੇ ਜਿਹੜੇ ਪਿੰਡ ਜੋ ਨੇ ਸਰਬਸੰਮਤੀ ਦੇ ਨਾਲ ਆਪਣੇ ਸਰਪੰਚਾਂ ਨੂੰ ਚੁਣ ਲੈਣਗੇ ਉੱਥੇ ਨਾ ਤਾਂ ਚੋਣ ਜ਼ਾਬਤਾ ਰਹੇਗਾ, ਨਾ ਹੀ ਉੱਥੇ ਲੜਾਈ ਕਲੇਸ਼ ਹੋਣ ਦਾ ਕੋਈ ਸਕੋਪ ਰਹੇਗਾ। ਅਤੇ ਨਾਲ ਹੀ 5 ਲੱਖ ਰੁਪਏ ਵੀ ਜੋ ਹੈ ਉਸ ਪਿੰਡ ਨੂੰ ਮਿਲ ਜਾਣਗੇ ਜੋ ਕਿ ਵਿਕਾਸ ਕਾਰਜਾਂ ਦੇ ਵਿੱਚ ਇਸਤੇਮਾਲ ਕੀਤੇ ਜਾ ਸਕਦੇ ਨੇ। ਅਤੇ ਪਿੰਡਾਂ ਦਾ ਬਹੁਤ ਹੀ ਵਧੀਆ ਜੋ ਹੈ ਕਦਮ ਇੱਥੇ ਸਾਹਮਣੇ ਆ ਰਿਹਾ, ਲੋਕਾਂ ਦਾ ਬਹੁਤ ਹੀ ਵਧੀਆ ਜੋ ਹੈ ਕਦਮ ਸਾਹਮਣੇ ਆ ਰਿਹਾ। ਕੱਲ੍ਹ ਪਹਿਲਾ ਪਿੰਡ ਸਾਹਮਣੇ ਆਇਆ ਸੀ ਅਤੇ ਅੱਜ ਇਹ ਦੂਜਾ ਪਿੰਡ ਹੈ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਅਤੇ ਜੇਕਰ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਧੜੇਬੰਦੀ ਤੋਂ ਉੱਠ ਕੇ ਜੋ ਹੈ ਇਹ ਫੈਸਲਾ ਸਾਹਮਣੇ ਆ ਰਿਹਾ। ਪਹਿਲਾਂ ਸਰਪੰਚ ਜੋ ਰਹੇ ਨੇ ਉਹਨਾਂ ਦੇ ਭਰਾ ਨੂੰ ਹੀ ਹੁਣ ਸਰਪੰਚੀ ਦੇ ਦਿੱਤੀ ਗਈ ਹੈ। ਪੂਰੀ ਪੰਚਾਇਤ ਚੁਣ ਲਈ ਗਈ ਹੈ, ਸਰਪੰਚ ਅਤੇ ਪੰਚ ਜਿਹੜੇ ਨੇ ਚੁਣ ਲਏ ਗਏ ਨੇ। ਅਤੇ ਹੁਣ ਇੱਥੇ ਨਾ ਹੀ ਵੋਟਾਂ ਪੈਣਗੀਆਂ ਕਿਉਂਕਿ ਪਿੰਡ ਦੇ ਵਿੱਚ ਵੋਟਾਂ ਨੂੰ ਲੈ ਕੇ ਹਮੇਸ਼ਾ ਜੋ ਹੈ ਇੱਕ ਤਾਂ ਖਰਚਾ ਹੁੰਦਾ, ਦੂਜੇ ਪਾਸੇ ਲੜਾਈ ਦਾ ਬਹੁਤ ਜ਼ਿਆਦਾ ਖਦਸ਼ਾ ਰਹਿੰਦਾ, ਅਲੱਗ ਅਲੱਗ ਪਾਰਟੀ ਦੇ ਹੋਣ ਕਰਕੇ ਆਪਸ ਵਿੱਚ ਜਿਹੜੇ ਧੜੇ ਹੁੰਦੇ ਨੇ ਲੜ ਪੈਂਦੇ ਨੇ। ਪਰ ਹੁਣ ਜੋ ਇਸ ਪਿੰਡ ਦੇ ਵਿੱਚ ਲੋਕਾਂ ਦੇ ਵਿੱਚ ਆਪਸੀ ਏਕਤਾ ਨਜ਼ਰ ਆ ਰਹੀ ਹੈ। ਪੰਜਾਬ ਦਾ ਦੂਜਾ ਪਿੰਡ ਇਹ ਬਣ ਗਿਆ ਜਿੱਥੇ ਕਿ ਸਰਪੰਚ ਨੂੰ ਚੁਣ ਲਿਆ ਗਿਆ। ਹੁਣ ਕਈ ਜਗ੍ਹਾ 'ਤੇ ਜੋ ਹੈ ਪੰਚਾਇਤੀ ਚੋਣਾਂ ਹੋਣਗੀਆਂ, ਕਈ ਜਗ੍ਹਾ 'ਤੇ ਵੋਟਾਂ ਪੈਣਗੀਆਂ, ਪਰ ਕਈ ਜਗ੍ਹਾ 'ਤੇ ਇਸ ਤਰ੍ਹਾਂ ਲੋਕ ਸਰਬਸੰਮਤੀ ਦੇ ਨਾਲ ਇੱਦਾਂ ਹੀ ਆਪਣੇ ਸਰਪੰਚ ਚੁਣ ਲੈਣਗੇ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿਵੇਂ ਲੋਕ ਢੋਲ ਦੇ ਉੱਤੇ ਨੱਚਦੇ ਟੱਪਦੇ ਹੋਏ ਨਜ਼ਰ ਆ ਰਹੇ ਨੇ। ਅਤੇ ਪਿੰਡ ਦੇ ਵਿੱਚ ਹੁਣ ਜੇਕਰ ਗੱਲ ਕਰੀਏ ਤਾਂ ਚੋਣ ਜ਼ਾਬਤਾ ਵੀ ਨਹੀਂ ਲੱਗੇਗਾ ਅਤੇ ਨਾਲ ਹੀ 5 ਲੱਖ ਰੁਪਇਆ ਵੀ ਜੋ ਹੈ ਪਿੰਡ ਨੂੰ ਮਿਲ ਜਾਏਗਾ। ਤਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇਹ ਪਹਿਲਕਦਮੀ ਜੋ ਹੈ ਕੀਤੀ ਗਈ ਹੈ। ਹਲਕਾ ਮਲੋੜ ਦੇ ਪਿੰਡ ਗੁਰੂ ਕੇ ਆਸਨ ਢਾਣੀ ਪਿੰਡ ਈਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਦੇ ਨਾਲ ਜੋ ਹੈ ਚੋਣ ਕਰ ਲਈ ਗਈ ਹੈ। ਪਿੰਡ ਵਾਸੀਆਂ ਨੇ ਸਹਿਮਤੀ ਦੇ ਨਾਲ ਪੂਰੀ ਪੰਚਾਇਤ ਜੋ ਹੈ ਚੁਣ ਲਈ ਹੈ। ਉੱਥੇ ਹੀ ਨਿਰਮਲ ਸਿੰਘ ਸੰਧੂ ਜੋ ਨੇ ਸਰਪੰਚ ਬਣ ਗਏ ਨੇ, ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਆਪਸੀ ਭਾਈਚਾਰੇ ਨੂੰ ਰੱਖਿਆ ਜਾਵੇਗਾ, ਜੋ ਧੜੇਬੰਦੀ ਹੈ ਉਸ ਤੋਂ ਉੱਪਰ ਉੱਠ ਕੇ ਜੋ ਹੈ ਅਸੀਂ ਵਿਕਾਸ ਕਰਾਂਗੇ। ਤਾਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਸਰਗਰਮ ਹੋ ਗਏ ਨੇ। ਜਿੱਥੇ ਪੰਜਾਬ ਸਰਕਾਰ ਦਾ ਐਲਾਨ ਸੀ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਦਾ ਗਠਨ ਹੋ ਜਾਏਗਾ ਉਹਨਾਂ ਪਿੰਡਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਦੇ ਚੱਲਦੇ ਹੀ ਪਿੰਡਾਂ ਦੇ ਲੋਕ ਹੁਣ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀਆਂ ਕਰਨ ਲੱਗ ਗਏ ਨੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਹਲਕਾ ਮਲੋੜ ਦੇ ਪਿੰਡ ਗੁਰੂ ਕੇ ਆਸਨ ਢਾਣੀ ਦੇ ਵਿੱਚ ਪਿੰਡ ਈਨਾ ਖੇੜਾ ਦੇ ਲੋਕਾਂ ਨੇ ਅੱਜ ਪਹਿਲਕਦਮੀ ਕਰਦੇ ਹੋਏ ਸਰਬਸੰਮਤੀ ਦੇ ਨਾਲ ਪੰਚਾਇਤ ਦਾ ਗਠਨ ਕਰ ਲਿਆ, ਜਿਨ੍ਹਾਂ ਵਿੱਚ 5 ਮੈਂਬਰ ਅਤੇ 6ਵਾਂ ਸਰਪੰਚ ਖੁਦ ਹੈ। ਅਤੇ ਇਸ ਮੌਕੇ 'ਤੇ ਖੁਸ਼ੀ ਦੇ ਵਿੱਚ ਢੋਲ ਦੀ ਥਾਪ 'ਤੇ ਭੰਗੜੇ ਪਾਉਂਦੇ ਹੋਏ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਜੋ ਹੈ ਪਿੰਡ ਵਾਸੀ ਵਧਾਈ ਦਿੰਦੇ ਨਜ਼ਰ ਆ ਰਹੇ ਨੇ। ਇਸ ਮੌਕੇ ਨਵ ਨਿਯੁਕਤ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ। ਮੈਂ ਇਹ ਗੱਲ ਕਹਿਣਾ ਜੀ, ਮੈਂ ਸਾਬਕਾ ਸਰਪੰਚ ਸਾਹਿਬ ਸਿੰਘ ਪਿੰਡ ਇੰਨਾ ਖੇੜਾ, ਮੈਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇਹੀ ਬੇਨਤੀ ਕਰਦਾ ਹੈ ਵੀ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀਬਾਜ਼ੀ ਨਾ ਬਣਾਓ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸਰਬਸੰਮਤੀ ਕਰੋ, ਇਹਦੇ ਵਿੱਚ ਹੀ ਆਪਣੀ ਭਲਾਈ ਹੈ। ਅਤੇ ਨਸ਼ਿਆਂ ਦਾ ਜਿਹੜਾ ਕੋੜ ਹੈ ਉਹ ਵੀ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮੁਕਾਈਏ।
ਇਹ ਸਾਡੀ ਸਰਕਾਰ ਅੱਗੇ ਬੇਨਤੀ ਹੈ ਵੀ ਜਿਹੜਾ ਤੁਸੀਂ 5 ਲੱਖ ਰੁਪਇਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਿਰ ਦੇਣਾ, ਦੂਜਾ ਢਾਣੀਆਂ ਨੂੰ ਇੰਟਰਲੋਕ ਟੈਲਾਂ ਦੀਆਂ ਖੜਵੰਜੇ ਆ, ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ, ਸਾਡੇ ਕੋਲ ਜਗ੍ਹਾ ਮੌਜੂਦ ਹੈ, ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸਹੂਲਤ ਦਿੱਤੀ ਜਾਵੇ। ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ। ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ 4 ਸਰਪੰਚ ਖੜੇ ਹਾਂ ਸਾਬਕਾ ਅਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ। ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਹਾਂ ਵੀ ਸਰਬਸੰਮਤੀ ਨਾਲ ਦੀ ਰੀਸ ਨਹੀਂ ਗੀ ਅਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਅਤੇ ਨਸ਼ੇ ਪੱਤੇ ਦੇ ਕੋਹੜ ਨੂੰ ਮੁਕਾਈਏ। ਬਾਬਾ ਜੀ ਕੀ ਨਾਂ ਆਪਣਾ ਅਤੇ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਬਣਾਈ ਹੈ ਕੀ ਕਹਿਣਾ ਚਾਹੁੰਦੇ? ਜਿਹੜੀ ਸਾਡੀ ਹੁਣ ਪੰਚਾਇਤ ਬਣੀ ਹੈ ਢਾਣੀ ਗੁਰੂ ਕੇ ਅਸਲ ਪਿੰਡ ਇੰਨਾ ਖੇੜਾ ਬਣੀ ਆ। ਇਦੋਂ ਪਹਿਲਾਂ ਮੈਂ ਸਰਪੰਚ ਸਾਂ ਅਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ ਸਰਦਾਰ ਨਿਰਮਲ ਸਿੰਘ, ਸਨਫ ਸਰਦਾਰ ਮਹਿੰਦਰ ਸਿੰਘ ਜੀ। ਜਿਹੜੇ ਮੇਥੋਂ ਕੋਈ ਤਰੁੱਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਅਧੂਰੇ ਕੰਮ ਆ ਉਹ ਹੁਣ ਵੀਰ ਜੀ ਹੁਣੀ ਪੂਰੇ ਕਰਨਗੇ। ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਚੱਲੇ ਹੈਗੇ ਆ? ਜਿਵੇਂ ਪਹਿਲਾਂ ਵੀ ਤੁਸੀਂ ਮੁੱਦੇ ਉਠਾਏ ਸੀਗੇ ਪੰਚਾਇਤ। ਅਸੀਂ ਮੁੱਦੇ ਇੱਕ ਤਾਂ ਪਹਿਲ ਤਾਂ ਮੁੱਦਾ ਸਾਡਾ ਭਾਈਚਾਰਾ, ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ। ਸਾਡੇ ਸਰਬਸੰਮਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ। ਜਿਵੇਂ ਅੱਜ ਪੰਜਾਬ ਦੇ ਚੋਣ ਜਿਵੇਂ ਮਤਲਬ ਲਾਗੂ ਹੋਣੇ ਆ ਕੱਲ ਤੋਂ, ਜਿਵੇਂ ਕਾਵੇ ਪਰੇ ਪਹਿਲੇ ਜਿਹੜੇ ਸਭ ਤੋਂ ਪਹਿਲਾਂ ਜ਼ਿਲ੍ਹੇ ਤੁਸੀਂ ਬੁਲਾਈ ਹੋ, ਹਾਂਜੀ, ਕੀ ਅੱਗੇ ਮਤਲਬ ਲੋਕਾਂ ਨੂੰ ਕਿਹਾ ਜਾਵੇ ਪਿੰਡਾਂ ਦੇ ਵਿੱਚ? ਅਸੀਂ ਲੋਕਾਂ ਨੂੰ ਇਹੋ ਸੇਧ ਦਿੰਦੇ ਹਾਂ ਵੀ ਹਰ ਥਾਂ ਤੇ ਸਰਬਸੰਮਤੀ ਨਾਲ ਚੱਲੋ, ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ ਤੇ ਰਲ ਮਿਲ ਕੇ ਚੱਲੋ, ਭਾਈਚਾਰਾ ਇੱਕੋ ਰੱਖੋ, ਸਾਂਝ ਨਿਭਾਓ। ਹਾਂਜੀ, ਕੀ ਨਾਂ ਤੁਹਾਡਾ? ਨਾਂ ਹੈ ਕਿਹੜੀ ਪੰਚਾਇਤ ਬਣਦੀ ਹੈ, ਕੀ ਕਹਿਣਾ ਚਾਹੋਗੇ ਵੀ ਪਿੰਡ ਵਾਸੀਆਂ ਨੇ ਜਿਹੜਾ ਸਰਬਸੰਮਤੀ ਨਾਲ ਤੁਹਾਨੂੰ ਸਰਪੰਚ ਚੁਣਿਆ? ਮੇਰਾ ਜੀ ਨਾਂ ਨਿਰਮਲ ਸਿੰਘ, ਪਿੰਡ ਇੰਨਾ ਖੇੜਾ ਢਾਣੀ ਸਾਡੇ ਗੁਰੂ ਕੇ ਅਸਲ ਪੰਚਾਇਤ ਆ ਜੀ। ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਹਿਯੋਗ ਦਿੱਤਾ, ਵੋਟਰਾਂ ਨੇ, ਸਾਡੇ ਭਰਾਵਾਂ ਨੇ, ਚਾਚਿਆਂ ਤਾਇਆਂ ਨੇ, ਛੋਟੇ ਭਰਾਵਾਂ ਨੇ, ਅਤੇ ਅਸੀਂ ਬਹੁਤ ਖੁਸ਼ ਹਾਂ ਅਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਅਸੀਂ ਸਾਰੇ ਕੰਮ ਜਿਹੜੇ ਵੀ ਅਧੂਰੇ ਕੰਮ ਆ ਪਹਿਲ ਦੇ ਆਧਾਰ 'ਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈਗਾ ਧੜੇ ਬੰਦੀ ਤੋਂ ਉੱਠ ਕੇ ਜਿਹੜਾ ਹੈਗਾ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਜਿਹੜਾ ਕੰਮ ਕਰਨੇ? ਧੜੇਬੰਦੀ ਤਾਂ ਸਾਡੇ ਹੈ ਹੀ ਨਹੀਂ ਜੀ, ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ, ਸ਼ਰੀਕਾ ਹੀ ਸਾਡਾ, ਕੋਈ ਇਹਦੇ ਵਿੱਚ ਧੜੇਬੰਦੀ ਵਾਲੀ ਗੱਲ ਨਹੀਂ, ਸਾਰੇ ਰਲ ਮਿਲ ਕੇ ਚੱਲਾਂਗੇ ਅਤੇ ਵਧੀਆ ਵਿਕਾਸ ਕਰਾਵਾਂਗੇ। ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਅਧੂਰੇ ਰਹਿ ਗਏ ਹੋਣੇ? ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਇੰਟਰਲੋਕ ਦਾ ਜੀ, ਜਾਂ ਸਾਡੇ ਕੋਈ ਮਹੱਲਾ ਕਲੀਨਿਕ ਜਿਵੇਂ ਸਰਕਾਰ ਨੇ ਕਿਹਾ ਹੈ ਵੀ ਜਿਹਦੀ ਸਰਬਸੰਮਤੀ ਹੁੰਦੀ ਹੈ, ਜਾਂ ਸਟੇਡੀਅਮ ਦਾਂਗੇ, ਜਾਂ ਮਤਲਬ ਮਹੱਲਾ ਕਲੀਨਿਕ ਜੇ ਸਾਨੂੰ ਦੇਣਗੇ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ। ਅਤੇ ਜਿਹੜੇ ਵੀ ਅਧੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਹੈ, ਚਲੋ ਸਾਡੀ ਪੰਚਾਇਤ ਬਣੀ ਆ ਅਤੇ ਸਾਰੇ ਰਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਅਸੀਂ ਕਰਾਂਗੇ।